कुछ दिन हो गए मेरे मदर ठीक नहीं है गए लाइक मेरा दिल्ली कॉन्सर्ट सी हनी दिल्ली में कोरियोग्राफी चलती पी सी ते 10 दिन की कोरियोग्राफी सी ते पिछे मेरे मदर बीमार हो गए आई सी यू बच्चे वेंटीलेटर ते 7 दिन हो गए ते उदो कोई मतलब कि उदो मैनू पता सी मैं मेहनत की हुई जो मैं जोड़े हुए सी मैं ला दिते उदो कोई बैड कमेंट वाले ने एंड की कहिंदे हुंदे उहनू ट्रोलर वाले ने मैनू कोई पैसे नहीं दे के गया मैं जिहड़ी अपनी मेहनत की सी मतलब कि अपनी डेली पोस्टां पाईआं सी ना ते लोकां मैनू मतलब कि उत्थे काम दिंदे हुंदे सीगे मतलब काम दिंदे हुंदे सीगे उह मैं जिन्ना पैसा कमाया सी अपनी मां ते लाया होर किसी ने नहीं दित्ता ਮੈਨੂੰ ਮੰਮਾ ਨੇ ਹਮੇਸ਼ਾ ਸਪੋਰਟ ਕੀਤੀ ਸੀ ਮੇਰੀ ਬਾਕੀ ਮੰਮਾ ਨਹੀਂ ਕਰ ਦਿੰਦੇ ਸੀਗੇ ਮੇਰੇ ਰਿਸ਼ਤੇਦਾਰ ਵਗੈਰਾ ਚੱਕ ਥਾਲ ਦਿੰਦੇ ਹੁੰਦੇ ਸੀ ਮੇਰੇ ਘਰਦਿਆਂ ਨੂੰ ਅਤੇ ਉਹ ਕਹਿ ਦਿੰਦੇ ਹੁੰਦੇ ਸੀਗੇ ਕਿ ਨਹੀਂ ਕਰਨਾ ਸਭ ਕੁਛ ਬਟ ਉਹਨਾਂ ਨੇ ਬਹੁਤ ਸਪੋਰਟ ਕੀਤੀ ਸੀ ਮੈਨੂੰ ਮਦਰ ਮਤਲਬ ਕਿ ਉਹੀ ਹਾਲਾਤ ਵਿੱਚ ਆਏ ਤਾਂ ਠੀਕ ਹੋ ਜਾਣ ਛੇ ਛੇਤੀ ਅਤੇ ਇਹਨਾਂ ਨੇ ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਬੋਲਣਾ ਹੀ ਆ ਅਤੇ ਮੈਨੂੰ ਸੁਣਨਾ ਹੀ ਪੈਣਾ ਵਾ ਜਿਹੜੇ ਰਿਸ਼ਤੇਦਾਰ ਪਹਿਲਾਂ ਫੋਕਸ ਚੁਕਾਉਂਦੇ ਹੁੰਦੇ ਵੀ ਆਹ ਕੀ ਯਾਰ ਕਰੀ ਜਾਂਦਾ ਹੁਣ ਅੱਜ ਕੱਲ੍ਹ ਸਰਾਉਂਦੇ ਵੀ ਆ ਹਾਂ ਹੁਣ ਤਾਂ ਸਾਰੇ ਨੇੜੇ ਆਉਂਦੇ ਆ ਟਾਈਮ ਹੁੰਦਾ ਹੁੰਦਾ ਟਾਈਮ ਔਖਾ ਸਾਬ ਰਿਹਾ ਅਤੇ ਉਦੋਂ ਦਾ ਲੰਘ ਜਾਂਦਾ ਹੁੰਦਾ ਵਾ ਲੋਕਾਂ ਦੁਨੀਆਂ ਨੇ ਤਾਂ ਬਾਬਾ ਨਾਨਕ ਨੂੰ ਵੀ ਨਹੀਂ ਬਖਸ਼ਿਆ ਸੀਗਾ ਮੈਂ ਤਾਂ ਉਹਨਾਂ ਦੇ ਚਰਨਾਂ ਜਿਹੜੀ ਮਿੱਟੀ ਹੁੰਦੀ ਨਾ ਕਾਣ ਹੁੰਦਾ ਮੈਂ ਤਾਂ ਉਨੇ ਜੋਗਾ ਵੀ ਨਹੀਂ ਹੈਗਾ ਹਜੇ ਪਰ ਉਹ ਜਦੋਂ ਤੁਹਾਡੀ ਸਟਰਗਲ ਅਸੀਂ ਦੇਖਦੇ ਹਾਂ ਤਾਂ ਵਾਕਿਆ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਤੁਹਾਡੇ 'ਤੇ ਕਿ ਤੁਸੀਂ ਉਹਨਾਂ 'ਚੋਂ ਨਹੀਂ ਹੋ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਘਰ ਬਹਿ ਗਏ ਪਰ ਅੱਗੇ ਜ਼ਰੂਰ ਵਧੇ ਹੋ ਤੁਸੀਂ ਕੁਛ ਕੁ ਦਿਨ ਹੋ ਗਏ ਮੇਰੇ ਮਦਰ ਠੀਕ ਨਹੀਂ ਹੈਗੇ ਲਾਈਕ ਮੇਰਾ ਦਿੱਲੀ ਕੌਨਸਰਟ ਸੀਗਾ ਹੁਣੀ ਦਿੱਲੀ ਮੇਰੀ ਕੋਰੀਓਗ੍ਰਾਫੀ ਚੱਲਦੀ ਪਈ ਸੀ ਅਤੇ 10 ਦਿਨ ਦੀ ਕੋਰੀਓਗ੍ਰਾਫੀ ਸੀਗੀ ਅਤੇ ਪਿੱਛੇ ਮੇਰੇ ਮਦਰ ਬਿਮਾਰ ਹੋ ਕੇ ਆਈ ਸੀ ਯੂ ਵਿੱਚ ਸੀਗੇ ਵੈਂਟੀਲੇਟਰ 'ਤੇ 7 ਦਿਨ ਹੋ ਗਏ ਅਤੇ ਉਦੋਂ ਕੋਈ ਮਤਲਬ ਕਿ ਉਦੋਂ ਮੈਨੂੰ ਪਤਾ ਸੀ ਮੈਂ ਮਿਹਨਤ ਕੀਤੀ ਹੋਈ ਸੀ ਜਦੋਂ ਮੈਂ ਜੋੜੇ ਹੋਏ ਸੀ ਮੈਂ ਲਾ ਦਿੱਤੇ ਉਦੋਂ ਕੋਈ ਬੈਡ ਕਮੈਂਟ ਵਾਲੇ ਨੇ ਐਂਡ ਕੀ ਕਹਿੰਦੇ ਹੁੰਦੇ ਉਹਨੂੰ ਟ੍ਰੋਲਰ ਵਾਲੇ ਨੇ ਮੈਨੂੰ ਕੋਈ ਪੈਸੇ ਨਹੀਂ ਦੇ ਕੇ ਗਿਆ ਮੈਂ ਜਿਹੜੀ ਆਪਣੀ ਮਿਹਨਤ ਕੀਤੀ ਸੀਗੀ ਮਤਲਬ ਕਿ ਆਪਣੀ ਡੇਲੀ ਪੋਸਟਾਂ ਪਾਈਆਂ ਸੀ ਨਾ ਅਤੇ ਲੋਕਾਂ ਮੈਨੂੰ ਮਤਲਬ ਕਿ ਉੱਥੇ ਕੰਮ ਦਿੰਦੇ ਹੁੰਦੇ ਸੀਗੇ ਮਤਲਬ ਕੰਮ ਦਿੰਦੇ ਹੁੰਦੇ ਸੀਗੇ ਉਹ ਮੈਂ ਜਿੰਨਾ ਪੈਸਾ ਕਮਾਇਆ ਸੀ ਆਪਣੀ ਮਾਂ 'ਤੇ ਲਾਇਆ ਹੋਰ ਕਿਸੇ ਨੇ ਨਹੀਂ ਦਿੱਤਾ ਐਂਡ ਬਹੁਤ ਵੱਡੀ ਪ੍ਰੋਬਲਮ ਸੀ ਉਹਨਾਂ ਦੀ ਅਤੇ ਹੁਣ ਸਮ ਬੈਟਰ ਨੇ ਬਸ ਉਹੀ ਦਿਨ ਚਿੱਤੇ ਆਉਂਦੇ ਆ ਕਿ ਹਾਂ ਮੇਰੇ ਮਦਰ ਕਿੰਨਾ ਵਧੀਆ ਕਰਦੇ ਹੁੰਦੇ ਸੀਗੇ ਕਿੰਨਾ ਕੁਛ ਸੀਗਾ ਐਂਡ ਆਪਣੀ ਮਿਹਨਤ ਕਰਕੇ ਮੇਰੇ ਤੱਕ ਪਹੁੰਚਿਆ ਮੇਰੀ ਮੰਮਾ ਨੇ ਹਮੇਸ਼ਾ ਸਪੋਰਟ ਕੀਤੀ ਸੀ ਮੇਰੀ ਬਾਕੀ ਮੰਮਾ ਨਹੀਂ ਕਰਦੇ ਹੁੰਦੇ ਸੀਗੇ ਮੇਰੇ ਰਿਸ਼ਤੇਦਾਰ ਵਗੈਰਾ ਚੱਕ ਥਾਲ ਦਿੰਦੇ ਹੁੰਦੇ ਸੀ ਮੇਰੇ ਘਰਦਿਆਂ ਨੂੰ ਅਤੇ ਉਹ ਕਹਿ ਦਿੰਦੇ ਹੁੰਦੇ ਸੀਗੇ ਕਿ ਨਹੀਂ ਕਰਨਾ ਸਭ ਕੁਛ ਬਟ ਉਹਨਾਂ ਨੇ ਬਹੁਤ ਸਪੋਰਟ ਕੀਤੀ ਸੀ ਮੈਨੂੰ ਆਪਣੀ ਮਦਰ ਮਤਲਬ ਕਿ ਉਹੀ ਹਾਲਾਤ ਵਿੱਚ ਆਏ ਤਾਂ ਠੀਕ ਹੋ ਜਾਣ ਛੇ ਛੇਤੀ ਸੋ ਬਹੁਤ ਸਟਰਗਲ ਕਰ ਰਿਹਾ ਪਿਆ ਮੈਂ ਲਾਈਫ ਦੇ ਵਿੱਚ ਅਤੇ ਇਹਨਾਂ ਨੇ ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਬੋਲਣਾ ਹੀ ਆ ਅਤੇ ਮੈਨੂੰ ਸੁਣਨਾ ਹੀ ਪੈਣਾ ਵਾ ਜਿਹੜੇ ਰਿਸ਼ਤੇਦਾਰ ਪਹਿਲਾਂ ਫੋਕਸ ਚੁਕਾਉਂਦੇ ਹੁੰਦੇ ਵੀ ਆਹ ਕੀ ਯਾਰ ਕਰੀ ਜਾਂਦਾ ਹੁਣ ਅੱਜ ਕੱਲ੍ਹ ਸਰਾਉਂਦੇ ਵੀ ਆ ਹਾਂ ਹੁਣ ਤਾਂ ਸਾਰੇ ਨੇੜੇ ਆਉਂਦੇ ਆ ਟਾਈਮ ਹੁੰਦਾ ਹੁੰਦਾ ਟਾਈਮ ਔਖਾ ਸਾਬ ਰਿਹਾ ਅਤੇ ਉਦੋਂ ਦਾ ਲੰਘ ਜਾਂਦਾ ਹੁੰਦਾ ਵਾ ਬਸ ਵਾਹਿਗੁਰੂ ਅੰਗ ਸੰਗ ਸਹਾਈ ਰਵੇ ਅਤੇ ਸਾਰੇ ਘਰ ਜਿਹੜਾ ਸੋ ਜਾਂਦੇ ਆ ਅੱਛਾ ਸਭ ਤੋਂ ਵੀਅਰਡ ਕਮੈਂਟ ਕਿਹੜਾ ਬੱਲੂ ਨੂੰ ਆਇਆ ਅੱਜ ਤੱਕ ਜਿਹਨੂੰ ਪੜ੍ਹ ਕੇ ਲੱਗਾ ਹੋਵੇ ਯਾਰ ਮੈਂ ਵਾਕਈ ਸੱਚੀ ਕੁਝ ਅੰਦਰੋਂ ਫੀਲ ਹੋ ਜਾਂਦਾ ਨਾ ਇੱਕ ਵਾਰੀ ਬੰਦੇ ਨੂੰ ਬੰਦਾ ਟੁੱਟ ਜਾਂਦਾ ਜਦੋਂ ਕਿਸੇ ਨੇ ਆਪਾਂ ਇੰਨੀ ਮਿਹਨਤ ਕਰਕੇ ਕੋਈ ਚੀਜ਼ ਕਰਦੇ ਹਾਂ ਤਾਂ ਉਹਦੇ ਉੱਪਰ ਕੋਈ ਐਸਾ ਕਮੈਂਟ ਆਉਂਦਾ ਕਿ ਉਹਨੂੰ ਪੜ੍ਹ ਕੇ ਲੱਗਦਾ ਯਾਰ ਮੈਂ ਕਿਹੜੇ ਰਾਹ ਪੈ ਗਿਆ ਮੈਨੂੰ ਛੱਡ ਦੇਣਾ ਚਾਹੀਦਾ ਮੈਨੂੰ ਐਵੇਂ ਦਾ ਨਹੀਂ ਹੋਇਆ ਕਦੀ ਵੀ ਕਿਉਂਕਿ ਜਿੱਥੇ ਤੱਕ ਮੈਂ ਆਪਣੇ ਘਰਦਿਆਂ ਨਾਲ ਲੜ ਪਿਆ ਇਸ ਚੀਜ਼ ਕਰਕੇ ਤਾਂ ਲੋਕਾਂ ਦੀ ਕਿੱਥੇ ਗੱਲਾਂ ਸੁਣ ਲੂੰਗਾ ਮੈਂ ਜੇ ਆਪਣੇ ਘਰਦਿਆਂ ਲੜ ਕੇ ਮੈਂ ਇੱਥੇ ਤੱਕ ਪਹੁੰਚ ਸਕਦਾ ਵਾਂ ਤਾਂ ਦੁਨੀਆਂ ਦਾ ਕੀ ਕੁਛ ਵੀ ਨਹੀਂ ਮੇਰੇ ਸਾਹਮਣੇ ਜਿਹੜੀ ਮਾੜਾ ਬੋਲਦੀ ਐਂਡ ਮੈਨੂੰ ਬਹੁਤ ਲੋਕ ਪ੍ਰੇਜ਼ ਕਰਦੇ ਬਹੁਤ ਪਿਆਰ ਕਰਦੇ ਮੈਨੂੰ ਮੈਂ ਉਹ ਚੀਜ਼ਾਂ ਯਾਦ ਕਰ ਲੈਂਦਾ ਹੁੰਦਾ ਵਾਂ ਬਸ ਅਤੇ ਅੱਜ ਜਿਹੜਾ ਕੋਈ ਕਿੱਸਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੋ ਜਿਹਦਾ ਲੱਗਦਾ ਕਿ ਆਹ ਸ਼ਾਇਦ ਕਿੱਸਾ ਨਾ ਹੁੰਦਾ ਮੇਰੀ ਜ਼ਿੰਦਗੀ ਦਾ ਅਤੇ ਬੱਲੂ ਅੱਜ ਇੱਥੇ ਨਾ ਪਹੁੰਚਦਾ ਮੈਂ ਉਸ ਟਾਈਮ ਜੇ ਨਾ ਕੰਟੀਨਿਊ ਆਪਣਾ ਲਾਈਕ ਫੋਨਾਂ ਦੀ ਜੋਬ ਜਾਂ ਕੁਛ ਐਵੇਂ ਦਾ ਕਰਦਾ ਅਤੇ ਮੈਂ ਇੱਥੇ ਨਹੀਂ ਪਹੁੰਚਿਆ ਹੋਣਾ ਸੀਗਾ ਮੈਂ ਦਿਹਾੜੀਆਂ ਹੀ ਕਰਨੀਆਂ ਸੀ
ਜੇ ਮੈਂ ਉਸ ਟਾਈਮ ਉੱਠ ਕੇ ਧੱਕੇ ਨਾ ਖਾਂਦਾ ਲਾਈਕ ਉਸ ਟਾਈਮ ਮੈਂ ਰੋਡ ਉੱਤੇ ਜੇ ਮੈਂ ਕਹਿੰਦਾ ਕਿ ਹਾਂ ਮੈਨੂੰ ਬਾਈਕ ਲੈ ਕੇ ਦਿਉ, ਮੈਨੂੰ ਆਹ ਲੈ ਕੇ ਦਿਉ ਮੈਂ ਤਾਂ ਕੰਮ ਕਰਨਾ ਵਾ, ਮੈਨੂੰ ਉਹ ਲੈ ਕੇ ਦਿਉ ਮੈਂ ਤਾਂ ਕੰਮ ਕਰਨਾ, ਮੈਨੂੰ ਕੱਪੜੇ ਲੈ ਕੇ ਦਿਉ ਚੱਜ ਦੇ ਮੈਂ ਤਾਂ ਕੰਮ 'ਤੇ ਜਾਣਾ ਆਪਣੇ ਘਰਦਿਆਂ ਨੂੰ ਜੇ ਜ਼ੋਰ ਪਾਉਂਦਾ, ਫਿਰ ਨਹੀਂ ਮੈਂ ਇੱਥੇ ਬੈਠਾ ਹੋਣਾ ਸੀ। ਮੈਂ ਘਰਦਿਆਂ ਨੂੰ ਆਪਣੇ ਨੂੰ ਬਣ ਕੇ ਦੱਸਿਆ, 1 ਰੁਪਈਆ ਉਹਨਾਂ ਤੋਂ ਕਦੀ ਲਿਆ ਨਹੀਂ, ਮੇਰੇ ਡੈਡ ਨੇ ਅੱਜ ਤੱਕ ਮੈਨੂੰ ਕਦੀ ਕੱਪੜੇ ਨਹੀਂ ਲੈ ਕੇ ਦਿੱਤੇ। ਆਪਣੇ ਬਲਬੂਤੇ 'ਤੇ ਉੱਠਿਆ ਵਾਂ, ਆਪਣੇ ਬਲਬੂਤੇ 'ਤੇ ਹੀ ਸਾਰਾ ਕੁਛ ਕੀਤਾ ਵਾ। ਇੰਡੀਪੈਂਡਿੰਗ ਬ੍ਰੈਂਡ ਸਭ ਕੁਛ ਪਾਉਂਦਾ, ਆਪਣੇ ਘਰਦਿਆਂ ਨੂੰ ਵੀ ਸਭ ਕੁਛ ਲੈ ਕੇ ਦਿੰਦਾ ਵਾਂ, ਅਤੇ ਉਹਨਾਂ ਦੀ ਵੈਲਿਊ ਹੋਰ ਬਣਾਉਂਦਾ ਪਿਆ ਵਾਂ ਲੋਕਾਂ ਦੇ ਵਿੱਚ। ਕਈ ਬੈਡ ਕਮੈਂਟ ਕਰਦੇ, ਆਈ ਡੋਂਟ ਕੇਅਰ ਅਬਾਊਟ ਦਿਸ ਕਾਈਂਡਸ ਆਫ ਪਰਸਨੈਲਿਟੀਜ਼, ਬਟ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਵਿੱਚ ਤਾਂ ਮੇਰੀ ਮਦਰ ਦੀ ਵੈਲਿਊ ਬਣ ਜੀ ਸਾਰੇ ਪਾਸੇ ਬਣਦੀ, ਮੈਨੂੰ ਹੋਰ ਕੀ ਚਾਹੀਦਾ ਵਾ। ਅਤੇ ਬਾਕੀ ਜਿਹੜੇ ਲਾਈਕ ਬੋਲਦੇ ਆ ਉਹਨਾਂ ਨੇ ਤਾਂ ਬੋਲਣਾ ਹੀ ਆ, ਉਹਨਾਂ ਨੇ ਲੋਕਾਂ ਦੁਨੀਆਂ ਨੇ ਤਾਂ ਬਾਬਾ ਨਾਨਕ ਨੂੰ ਵੀ ਨਹੀਂ ਬਖਸ਼ਿਆ ਸੀਗਾ, ਮੈਂ ਤਾਂ ਉਹਨਾਂ ਚਰਨਾਂ ਜਿਹੜੀ ਮਿੱਟੀ ਹੁੰਦੀ ਨਾ ਕਾਣ ਹੁੰਦਾ, ਮੈਂ ਤਾਂ ਉਨੇ ਜੋਗਾ ਵੀ ਨਹੀਂ ਹੈਗਾ ਹਜੇ।